ਐਟ ਏ ਟਾਈਮ ਨਾ ਤਾਂ ਕੋਈ ਨੈਟਵਰਕ ਆ, ਨਾ ਹੀ ਕੋਈ ਸਿਗਨਲ ਆ, ਨਾ ਹੀ ਨੈਟਵਰਕ, ਨਾ ਹੀ ਕੋਈ ਸਿਗਨਲ ਆ, ਤੂੰ ਹਿੱਲਿਆ ਕਰਦਾ ਦੇਖ ਕੇ ਤੇ ਵਿਊ, ਪਰ ਮੇਰੇ ਮਗਰ ਬਾਹਲਾ ਹੀ ਘੈਂਟ ਆ, ਜਮਾਂ ਹੀ ਐਂਡ ਹੋਇਆ ਪਿਆ ਵਾ। ਉਹ ਤੂੰ ਤੁਰ ਜਾ ਯਾਰ, ਇੱਥੇ ਨੈਟਵਰਕ ਵੀ ਨਹੀਂ ਆਉਂਦਾ, ਤੇਰੇ ਛਿੱਤਰ ਪਰ ਹੇਠ ਉਹ ਨਾ ਸਨੀ ਨੂੰ ਇੰਡੀਆ ਆਏ ਨੂੰ 10 ਦਿਨ ਹੋ ਗਏ, ਹਰ ਰੋਜ਼ ਹੀ ਕਹਿੰਦਾ ਸੀਗਾ ਚੰਡੀਗੜ੍ਹ ਜਾਣਾ, ਚੰਡੀਗੜ੍ਹ ਜਾਣਾ, ਚੰਡੀਗੜ੍ਹ ਜਾਣਾ। ਮੈਂ ਕਿਹਾ ਅੱਜ ਚੱਲ ਤੈਨੂੰ ਕਲਾ ਚੰਡੀਗੜ੍ਹ ਘੁਮਾ ਕੇ ਲਿਆਵਾਂ। ਦੇਖ ਸਨੀ, ਚੰਡੀਗੜ੍ਹ ਰਹਿਣ ਦਾ ਸਾਰਾ ਖਰਚਾ ਮੇਰਾ, ਬਾਕੀ ਤੇਰਾ। ਨਹੀਂ, ਰਹਿਣ ਦਾ ਮੇਰਾ, ਬਾਕੀ ਤੇਰਾ। ਰਹਿਣ ਦਾ ਮੈਂ ਪ੍ਰਬੰਧ ਆਪੇ ਕਰੂੰ, ਤਕੜੇ ਕਰੂੰਗਾ ਯਾਰ, ਅਸੀਂ ਮਾੜੇ ਕਰੂੰਗਾ। ਔਰ ਸਮਝ ਗਿਆ ਹੁੰਦਾ, ਕੈਨੇਡਾ 'ਚ ਪੋਰਸ਼ ਤੂੰ ਗੱਡੀ ਰੱਖੀ ਹੋਈ ਆ, ਹਲੇ ਤੂੰ ਮਾੜਾ ਚੱਲ, ਤਾਂ ਕਿਸ਼ਤਾਂ ਤੇ ਲਈ ਆ। ਚੱਲ ਵਾਹਿਗੁਰੂ ਸੱਚੇ ਪਾਤਸ਼ਾਹ। ਜਾਣਾ ਕਿੱਧਰ ਦੀ ਹੈ? ਅੱਜ ਐਤਵਾਰ ਆ, ਗੁਰਦੁਆਰਾ ਰਾੜਾ ਸਾਹਿਬ ਪੂਰੀ ਸੰਗਤ ਆਈ ਹੋਈ ਆ। ਐਤਵਾਰ ਨੂੰ ਇੱਥੇ ਸੰਗਤ ਪੂਰੀ ਵੱਧ ਚੜ੍ਹ ਕੇ ਆਉਂਦੀ ਆ। ਆਪਣਾ ਹਰਪਿੰਦਰਾ ਵੀ ਐਤਵਾਰ ਨੂੰ ਇੱਥੇ ਹੀ ਹੁੰਦਾ। ਕੈਨੇਡਾ ਅਮਰੀਕਾ ਦਾ ਹੋਰ ਤਾਂ ਕੋਈ ਚੱਕਰ ਨਹੀਂ ਹੈਗਾ ਸਨੀ, ਇੱਕੋ ਹੀ ਚੱਕਰ ਆ, ਆਉਣਾ ਜਾਣਾ ਬੜਾ ਔਖਾ ਤੇ ਬੜਾ ਟਾਈਮ ਲੱਗ ਜਾਂਦਾ। ਜਿਵੇਂ ਹੁਣ ਮੇਰੇ ਵਰਗੇ ਬੰਦੇ ਲਈ ਤਾਂ ਖਾਸ ਕਰਕੇ ਯਾਰ, ਹੁਣ ਜਿਵੇਂ ਮੈਂ ਕਿੰਨੇ ਸਿਲੰਦਰਾਂ ਨੂੰ ਹਾਕਾ ਮਾਰਦਾ ਸੀ, ਓਏ ਆ ਜਾਓ, ਓਏ ਆ ਜਾਓ, ਆ ਜਾਓ, ਹਰ 6 ਮਹੀਨੇ ਬਾਅਦ ਓਏ ਹੁਣ ਆ ਜਾਓ, ਹੁਣ ਬਣਾ ਲਓ ਪਲਾਨ, ਹੁਣ ਆ ਜਾ, ਹੁਣ ਤੇਰੀ ਹਵਾ ਉੱਚੀ ਆ, ਮਿਲਦਾ ਮੁਲਦਾ ਹੀ ਨਹੀਂ। ਉਹ ਤੂੰ ਜਾਣ ਦਿਆ ਕਰ, ਤੂੰ ਇਹ ਦੇਖ ਕਿੰਨੇ ਜਾਣੇ ਆਏ ਹੋਇਆ ਬਾਹਰੋਂ, ਪੰਮਾ ਬਾਹਰੋਂ ਆਇਆ ਹੋਇਆ, ਹਰਮਨ ਬਾਹਰੋਂ ਆਇਆ ਹੋਇਆ, ਅਰਜੁਨ ਬਾਹਰੋਂ ਆਇਆ ਹੋਇਆ, ਤੂੰ ਬਾਹਰੋਂ ਆਇਆ ਹੋਇਆ, ਠੀਕ ਆ। ਗਾਹਾਂ ਇੱਕ ਹੋਰ ਆਉਂਦਾ, ਹਲੇ ਹਲੇ ਇੱਕ ਹੋਰ ਆ, ਉਹ ਹਲੇ ਮਿਲਦਾ ਨੀ ਆਪਾਂ ਨੂੰ, ਉੱਪਰ ਨਾਲੇ ਵਾਲਾ ਹਵਾ ਉਹਦੀ ਖਰਾਬ ਕਹਿ ਸਕਦਾ ਤੂੰ, ਉਹਦੀ ਬਾਹਲੀ ਖਰਾਬ ਆ ਥੋੜੀ, ਆਪਣੀ ਨੀ ਹਲੇ, ਆਪਾਂ ਠੀਕ ਆ। ਬਾਕੀ ਹੁਣ ਫਿਰ ਮੈਂ ਤਾਂ ਵੀ ਟਾਈਮ ਆਈ ਕੱਢਣਾ ਨਾ ਸਾਰਿਆਂ ਲਈ, ਫਿਰ ਸਾਰਿਆਂ ਨੇ ਮੁੜਨਾ ਵੀ ਆਈ ਆ, ਫਿਰ ਇਹਨਾਂ ਨੇ ਫੇਰ 2-2 ਸਾਲ ਆਉਣਾ ਯਾਰ, ਗੇੜਾ ਮਾਰ ਲਿਆ ਕਰੋ ਹਰ ਸਾਲ, ਆ ਜਾ ਕਰੇ ਯਾਰ, ਕੁਛ ਨੀ ਰੱਖਿਆ ਯਾਰ। ਤੂੰ ਆਪੇ ਦੱਸ, ਹੁਣ ਜਿੱਦਾਂ ਤੂੰ ਆਇਆ ਘਰੇ, ਵਧੀਆ ਲੱਗ ਰਿਹਾ? ਪੂਰਾ ਨਜ਼ਾਰੇ ਆ, ਕੋਈ ਟੈਨਸ਼ਨ ਨੀ, ਕੋਈ ਬਾਤ ਨੀ। ਹਾਂ ਫਿਰ ਦੱਸ, ਬੰਦਾ ਉੱਠੀਦਾ ਵਾ ਜਦੋਂ ਜਿਗਦਾ ਤੁਰ ਜਾਈਦਾ। ਹਾਂ ਬਸ ਇਹੀ ਜ਼ਿੰਦਗੀ, ਪਰ ਹਾਂ ਉੱਥੇ ਹੁਣ ਫਿਊਚਰ ਵਧੀਆ ਹੋਈ ਜਾਂਦਾ, ਸੇਫ ਹੋਈ ਜਾਂਦਾ, ਸਿਕਿਓਰ ਹੋਈ ਜਾਂਦਾ ਨਾ, ਇਹ ਵੀ ਚੀਜ਼ ਆ ਨਾ। ਹੁਣ ਇੱਥੇ ਤਾਂ ਫਿਰ ਉਹੀ ਸੀਗਾ ਬਈ, ਹੈ ਯਾਰ ਇੱਥੇ ਨਜ਼ਾਰੇ ਉੱਥੇ ਦਾ ਹੈ ਨਹੀਂ, ਵਧੀਆ ਨਹੀਂ। ਅੱਛਾ, ਇਹ ਨਹੀਂ ਮੈਨੂੰ ਜਾਣ ਦਿੰਦੇ, ਤੈਨੂੰ ਤਾਂ ਲੈ ਕੇ ਜਾਣਾ ਵਾ, ਫਲੈਟ ਚ ਬੈਠੇ ਹੋਣਾ ਸੀ। ਇੱਥੇ ਸਟੋਪ ਲੈਣਾ ਨਾ ਮੈਂ ਤੇ ਸਨੀ ਨੇ ਸ਼ੁਰੂ ਕੀਤਾ ਸੀਗਾ, ਤੇ ਉਦੋਂ ਬਾਅਦ ਚ ਹੁਣ ਤੱਕ ਮੈਂ ਜਦੋਂ ਵੀ ਕਦੇ ਆ ਰਾਹ ਨਿਕਲਦਾ ਵਾਂ, ਇੱਥੇ ਪੱਕਾ ਖੜਦਾ ਹੀ ਹੁੰਦਾ, ਚਾਹੇ ਕੁਝ ਖਾਈਏ ਚਾਹੇ ਨਾ ਖਾਈਏ, ਬਸ ਇੱਥੇ ਤਾਂ ਬਸ ਵੀ ਐਂ ਹੈ ਕਿ ਮੱਥਾ ਟੇਕ ਕੇ ਹੀ ਜਾਣਾ। ਤੇਲ ਤੁਲ ਪਾਉਣਾ ਦੱਸ ਦੇ, ਪਾ ਦੇ, ਆਪਣੀ ਚੱਲਦੀ ਇੱਥੇ ਪੂਰੀ, ਪਾ ਦੇ ਫਿਰ, ਕਿਹੜੇ ਤੇ ਲਾਵਾਂ ਉਧਰ, ਜਿਹੜੇ ਤੇ ਮਰਜ਼ੀ ਲਾ ਦੇ, ਵੱਧ ਤੋਂ ਵੱਧ ਕਿੰਨਾ ਪਹਿਲੇ 400 ਦਾ ਪਾਈ ਟੈਂਕੀ ਦਾ ਫੁੱਲ ਆ ਕਿਆ ਕੋਈ ਇੰਨੇ ਕਦੇ ਹੀ ਬਣਾ।
ਜਿੰਨਾ ਟਾਈਮ ਸਾਨੂੰ ਖੰਨੇ ਤੋਂ ਰਾਜਪੁਰੇ ਤੱਕ ਲੱਗਿਆ ਨਾ, ਓਨਾ ਟਾਈਮ ਸਾਨੂੰ ਰਾਜਪੁਰੇ ਦੇ ਵਿੱਚ ਹੀ ਲੱਗ ਗਿਆ। ਇੰਨਾ ਕੁ ਜਾਮ, ਅੱਜ ਸਨੀ ਕਰ ਰਿਹਾ ਇੰਡੀਆ 'ਚ ਡਰਾਈਵਿੰਗ ਇੰਜੋਏ। ਕਿਉਂ ਹੋਰ ਪਹਿਲੇ ਦਿਨ ਕਰ ਰਿਹਾ ਸੀ, ਬਾਹਰ ਆ ਕੇ ਪਹਿਲੇ ਦਿਨ ਬੁਰਾ ਹਾਲ ਆ, ਨਜ਼ਾਰਾ ਆ ਗਿਆ। ਮੈਂ ਇਹਨੂੰ ਕਿਹਾ ਸੀ ਮੈਂ ਚਲਾਉਣਾ, ਕਹਿੰਦਾ ਨਹੀਂ ਅੱਜ ਤਾਂ ਮੈਂ ਹੀ ਚਲਾਊ, ਹੁਣ ਅੱਜ ਫਿਰ ਇਹੀ ਚਲਾਊ। ਗੱਲ ਆ ਵੀ ਇੱਥੋਂ ਗਏ ਹਾਂ, ਕਿਸੇ ਟੋਲ ਟੈਕਸ ਤੇ ਤਾਂ ਫਾਸਟੈਗ ਦਾ ਵੀ ਕੋਈ ਫਾਇਦਾ ਨਹੀਂ। ਸਾਨੂੰ ਮੈਨੂੰ ਲੱਗਦਾ ਅਰਾਊਂਡ 8 ਤੋਂ 10 ਮਿੰਟ ਹੋ ਗਏ ਨੇ। ਕਿਸੇ ਗਈ ਤੇ ਸਾਰਿਆਂ ਤੇ ਯਾਰ, ਇੰਨਾ ਵੀ ਬਦਨਾਮ ਨਾ ਕਰ ਰਿਹਾ। ਮੈਂ ਤਾਂ ਜਿੱਦਣ ਦਾ ਆਇਆ ਮੈਂ ਤਾਂ 10 ਮਿੰਟ ਤੋਂ ਪਹਿਲਾਂ ਟੋਲ ਟੈਕਸ ਪਾਸ ਨਹੀਂ ਕੀਤਾ। ਉਹਨੇ ਦਿੱਲੀ ਵਾਲੇ ਵੀ ਸਾਰੇ ਐਂ ਹੋਏ ਨੇ। ਚੱਲ ਕੋਈ ਨਾ, ਆ ਤਾਂ ਕਦੇ ਨਹੀਂ ਹੁੰਦਾ। ਮੈਨੂੰ ਇੱਥੇ ਫਲੈਟ ਲੈ ਨੂੰ ਹੋ ਗਏ ਮੈਨੂੰ ਲੱਗਦਾ 6 ਤੋਂ 8 ਮਹੀਨੇ। ਸਿਰਫ ਇੱਕ ਦਿਨ ਜਾਮ 'ਚ ਫਸੇ ਸੀ ਉਰੇ, ਉਹ ਵੀ ਹਾਰਡਲੀ 5-4 ਮਿੰਟ ਦਾ ਹੋਊਗਾ। ਪਰ ਅੱਜ ਤੂੰ ਗੱਡੀ ਚਲਾਉਣ ਲੱਗਿਆ ਨਾ, ਰੱਬ ਪੂਰੇ ਇਮਤਿਹਾਨ ਲੈ ਰਿਹਾ ਬਈ ਚਲਾਉਣ ਜੋਗਾ ਹੈ ਕਿ ਨਹੀਂ। ਮੈਂ ਤਾਂ ਟੈਕਸੀ ਕਰ ਲਿਆ ਕਰਨੀ ਆ, ਟੌਰਾਂ ਤਾਂ ਬਹਿ ਕੇ ਆਇਆ ਕਰਾਂਗੇ। ਜਿੱਦਣ ਦੇ ਬੰਬੇ ਗਏ ਸੀਗੇ ਉਦਣ ਦਾ ਮੈਂ ਫਲੈਟ 'ਚ ਆਇਆ ਹੋਇਆ, ਉਦੋਂ ਬਾਅਦ 'ਚ ਆਇਆ ਨਹੀਂ ਹੈਗਾ। ਹਲੇ ਦੇਖਦੇ ਹਾਂ ਫਲੈਟ ਦੇ ਕੀ ਹਾਲਾਤ ਨੇ। ਮੈਨੂੰ ਲੱਗਦਾ ਅਸੀਂ ਗਏ ਸੀ 20 ਤਰੀਕ ਨੂੰ ਬੰਬੇ, ਅੱਜ ਤਰੀਕ ਹੋ ਗਈ, ਅੱਜ ਕਿੰਨੀ ਆ? ਅੱਜ ਹੈਗੀ 11, ਪੂਰੇ 20 ਦਿਨਾਂ ਬਾਅਦ ਆਇਆ। ਚਲੋ ਵੀ ਤੈਨੂੰ ਲੱਗਦਾ ਹੋਊਗਾ ਆਟੋਮੈਟਿਕ ਲਾਈਟ ਆ, ਇਹ ਉਹੀ ਜਗਦੀ ਬੁਝਦੀ ਆ। ਮਾੜੀ ਗੱਲ ਆ, ਉਹਦੇ ਉੱਧਰ ਨਹੀਂ ਜਗਦੀ ਬੁਝੀ, ਤਾਂ ਆਟੋਮੈਟਿਕ ਨਹੀਂ ਯਾਰ, ਮੈਨੂੰ ਪੱਕਾ ਨਹੀਂ ਪਤਾ। ਨਹੀਂ ਕਦੇ ਜਗ ਪਈ, ਕਦੇ ਬੁਝ ਨਹੀਂ। ਲੈਫਟ ਤਾਂ ਵੱਡੀ ਬਣਾ ਲਓ, ਸਟਾਰਟ ਬਾਅਦ ਚੋਂ ਆਉਂਦੀ ਹੈ, ਖਤ ਪਹਿਲਾਂ ਹੋ ਜਾਂਦੀ ਹੈ। ਇਹ ਦੀਵਾਰ ਖਸਕਾ ਵੀ ਥੋੜ੍ਹੀ ਜੀ, ਥੋੜ੍ਹੀ ਜੀ ਖਸਕਾ ਨਹੀਂ ਪੜੇਗੀ। ਲੈਫਟ ਤੇਜ ਵੀ ਦੇਖੀ ਕਿੰਨੀ ਆ, ਮੰਗਾ ਬੁੜਾ ਰਿਹਾ ਜੀ ਲੈਫਟ 'ਚ ਹੋ ਜਾਣੀ, ਜਿਹੜੇ ਸਾਹਮਣੇ ਹੀ ਆਉਂਦੀ ਆ। ਬਸ ਆਪਣਾ ਕਿਹੜਾ ਬਹੁਤੀ ਮੰਜ਼ਿਲ 'ਤੇ, ਦੂਜੀ ਮੰਜ਼ਿਲ 'ਤੇ ਆਪਣਾ ਘਰ। ਵਾਹਿਗੁਰੂ ਸੱਚਾ ਪਾਤਸ਼ਾਹ ਮਿਹਰ ਕਰਿਓ, ਵਾਹਿਗੁਰੂ ਸੱਚਾ ਪਾਤਸ਼ਾਹ ਮਿਹਰ ਕਰਿਓ। ਪੱਖਾ ਵੀ ਚੱਲ ਪਿਆ, ਮੈਂ ਸੁੱਚਾ ਹੀ ਭੁੱਲ ਜਾਂਦਾ ਯਾਰ। ਇਹ ਫਲੈਟ ਦਾ ਇੱਕ ਨਜ਼ਾਰਾ ਵਾ, ਮਿੱਟੀ ਮੁੱਟੀ ਬਾਹਲੀ ਨਹੀਂ ਆਉਂਦੀ ਅੰਦਰ, ਕਿਉਂਕਿ ਆਪਣੇ ਸ਼ੀਸ਼ੇ ਲੱਗੇ ਹੋਏ ਆ ਨਾ, ਜੇ ਜਾਲੀ ਹੋਵੇ ਤਾਂ ਮਿੱਟੀ ਬਾਹਲੀ ਆ ਜਾਂਦੀ ਆ, ਸਾਫ਼ ਹੀ ਰਹਿੰਦਾ ਹੁੰਦਾ। ਫਰਿੱਜ ਕਰਦੀ ਆ, ਹੁਣ ਦੁੱਧ ਦੁੱਧ ਲੈ ਕੇ ਆਵਾਂਗੇ। ਪਤੰਦਰ ਹਰਪਿੰਦਰ ਹੋਣੀ ਦੁੱਧ ਹਮੇਸ਼ਾ ਰੱਖ ਜਾਂਦੇ ਆ, ਇਹ ਖਰਾਬ ਹੋ ਜਾਂਦਾ ਫਿਰ, ਉਹਨਾਂ ਨੂੰ ਆਇਆ ਹੁੰਦਾ ਮੈਂ ਛੇਤੀ ਆ ਜੀ। ਅੱਜ ਪਤਾ ਨਹੀਂ ਕੀ ਚੱਕਰ ਪੈ ਗਿਆ, ਵਾਈਫਾਈ ਚੱਲ ਰਿਹਾ, ਜੇ ਇੱਥੇ ਵਾਈਫਾਈ ਨਾ ਚੱਲੇ ਫਿਰ ਬੜੀ ਪ੍ਰੋਬਲਮ ਆਉਂਦੀ ਆ, ਕਿਉਂਕਿ ਜਿਹੜਾ ਦੂਜਾ ਇੰਟਰਨੈਟ ਹੁੰਦਾ ਨਾ ਫੋਨ ਵਾਲਾ, ਉਹ ਬਹੁਤ ਘੱਟ ਚੱਲਦਾ। ਅਤੇ ਬਾਕੀ ਬਾਈ ਕਿਵੇਂ ਲੱਗਿਆ ਫਲੈਟ? ਠੀਕ ਆ। ਖਰੀਦ ਲਈ? ਤੂੰ ਕੋਟੀ ਗੱਡੀ ਪਾ ਲਾ ਯਾਰ, ਗੱਡੀ ਪਈ ਯਾਰ, ਐਵੇਂ ਸੁੰਗੜੀ ਜਾਂਦਾ ਜੇ ਹੋਰ ਹਾਲੇ ਹੋਰ ਵੇਟ ਕਰਦਾ ਟਾਉਣ ਦਾ, ਉਹ ਕਰਦੇ ਆ ਉਹ ਤਾਂ ਕਰਨਾ ਆਪਣੇ ਕੋਲ ਇੱਥੇ ਹੀ ਹੈਗਾ। ਬਸ ਠੀਕ ਆ, ਕਾਫੀ ਜਾਂਦੇ ਆ ਕਰੀ ਕਰ ਚੱਲੀਏ। ਕਿੱਥੇ ਜਾਣਾ ਦੱਸ, ਕਲੱਬ ਪੱਬ ਕਿੱਥੇ ਜਾਣਾ ਦੱਸ? ਨਾ ਭਰਾਵਾ ਘਰੋਂ ਨਾ ਖੜਾ ਦੀ, ਕਲੱਬ ਪੱਬ ਵਗੈਰਾ ਲੱਗਿਆ ਵਾ। ਇਹ ਬੜਾ ਰਾਬੀ ਬੰਦਾ, ਸਾਰੇ ਰਾਹ ਹੀ ਕਹੀ ਆ ਕਲੱਬ ਲੱਭ, ਕੋਈ ਕਲੱਬ ਹੋਰ ਕੋਈ ਆਪਾਂ ਤਾਂ ਨਹੀਂ ਗਿਆ, ਮੈਂ ਕਰਦਾ ਭਜਾਈ ਨਾ ਗੱਲ। ਹੁਣ ਜਦੋਂ ਦੁਬਾਰਾ ਕਲੱਬ ਦੀ ਗੱਲ ਕਹੀ ਆਪਾਂ ਕੈਮਰਾ ਆਨ ਕਰ ਲੈਣਾ ਜਿਹਦੀ, ਨਾਲੇ ਤਾਂ ਮੈਂ ਸੱਚਾ ਰਹਿ ਜੂ, ਨਾਲੇ ਇਹ ਵਧੇਰੇ ਜੀ ਆ ਜਾ ਲੈਟਾਂ ਜੀ ਤਾਂ ਥੋੜ੍ਹਾ ਜਿਹਾ ਬਿੱਲ ਆ ਜਾਵੇ ਉਦਣ ਦਾ ਕੰਮ ਹੀ ਆ। ਸਨੀ ਕਹਿੰਦਾ ਵੀ ਮੈਂ ਤਾਂ ਹੁਣ ਗੱਡੀ ਚਲਾ ਚਲਾ ਬੋਰ ਹੋ ਗਿਆ, ਆਹ ਟਾਈਮ ਵੈਸੇ ਮੈਨੂੰ ਮੋਹਾਲੀ 'ਚ ਜਾਮ ਬਹੁਤ ਹੋਊਗਾ, ਹੁਣ ਇਹ ਸਾਈਡ 'ਤੇ ਬਹਿ ਗਏ ਨੇ ਜਨਾਬ, ਕਹਿੰਦੇ ਹੁਣ ਤੁਸੀਂ ਡਰਾਈਵ ਕਰੋ।
ਹੁਣ ਘਰੇ ਤਾਂ ਕੁਛ ਕਰਨ ਨੂੰ ਹੈ ਨੀ ਸੀਗਾ, ਅਸੀਂ ਸੋਚਿਆ ਚੱਲ ਥੋੜੀ ਬਹੁਤੀ ਮੋਹਾਲੀ ਗੇੜੀ ਮਾਰ ਕੇ ਆਉਣੇ, ਕਿਉਂ ਬਈ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਲਈਏ ਮਾੜੀਆਂ ਮੋਟੀਆਂ, ਕਿਉਂ ਦੇਖ ਲਾ ਜੇ ਕਲੱਬ ਜਾਣਾ ਦੇਖ ਲਾ ਭਰਜਾਈ ਨੂੰ ਪੁੱਛਣਾ ਫਿਰ ਚੱਲਾਂਗੇ, ਉਹਨੇ ਤਾਂ ਕੁਛ ਨੀ ਕਹਿਣਾ ਕਰਦਾ ਮੈਂ ਕਰ ਲਵੇ ਤੂੰ ਆਪਣੇ ਪੁੱਛ ਜਗ੍ਹਾ ਤੇ ਮੈਂ ਕਾਸ਼ੀ ਮਾਸਟਰ ਸੂਪ ਪੀਂਦੇ ਹੁੰਦੇ ਸੀਗੇ, ਪਰ ਉਦੋਂ ਰੇਹੜੀ ਕਿਤੇ ਇੱਥੇ ਹੁੰਦੀ ਸੀਗੀ ਤੇ ਅੱਜ ਇੱਧਰੋਂ ਪੀਣ ਲੱਗੇ ਆ, ਬੰਦਾ ਤਾਂ ਹੋਰ ਆ ਪਰ ਕੋਈ ਨਾ ਸੈਟਿੰਗ ਬਹਿ ਜੂ। ਤੂੰ ਸਾਡੇ ਨਾਲ ਚੰਡੀਗੜ੍ਹ ਬਹੁਤ ਘੱਟ ਰਿਹਾ ਨਾ, ਅੱਜ ਤੋਂ 5 ਸਾਲ ਪੁਰਾਣਾ ਟੇਸਟ ਜਮੇ ਮੂੰਹ ਚੋਂ ਉਮੀ ਤਾਜ਼ਾ ਹੋ ਗਿਆ। 3B2 ਚ ਪਾਰਕਿੰਗ ਦੀ ਬਹੁਤ ਸਮੱਸਿਆ ਵਾ, ਪਰ ਆ ਬੰਦਾ ਸ਼ੇਰ ਦੇ ਲਈ ਆ, ਹੈ ਇਹ ਗੱਡੀ ਦੀ ਪੂਰੀ ਥਾਂ ਰੁਕੀ ਹੋਈ ਹੈ। ਦਿਸ ਇਜ਼ ਦੀ ਨੈਕਸਟ ਡੇ, ਮਿਲਾ ਸਨੀ ਨੂੰ ਚੰਡੀਗੜ੍ਹ ਘੁੰਮਣ ਦਾ ਬਾਹਲਾ ਹੀ ਚਾਅ, ਉੱਠਦਾ ਹੀ ਰੈਡੀ ਹੋਣ ਲੱਗ ਗਿਆ। ਮੈਂ ਕਿਹਾ ਖੜ ਜਾ ਮਿੱਤਰਾ, ਚਾਹ ਪਾਣੀ ਪੀਂਦੇ ਹਾਂ ਫਿਰ ਰੈਡੀ ਹੁੰਦੇ ਹਾਂ ਫਿਰ ਚੱਲਦੇ ਹਾਂ। ਦੁੱਧ ਫੜਨ ਆਇਆ ਸੀਗਾ, ਹੁਣ ਜਾ ਕੇ ਚਾਹ ਚੂਹ ਬਣਾਉਂਦੇ ਹਾਂ ਫਿਰ ਰੈਡੀ ਹੋ ਕੇ ਫਿਰ ਚੱਲਦੇ ਹਾਂ। ਸਵੇਰ ਦਾ ਮਾਹੌਲ ਸੁਸਾਇਟੀ 'ਚ ਬੜੀ ਸ਼ਾਂਤੀ ਹੁੰਦੀ ਹੈ ਇੱਥੇ। ਕਨੇਡਾ ਵਾਲਾ ਕਹਿੰਦਾ ਚਾਹ ਮੈਂ ਧਰੂੰਗਾ, ਉਹ ਕਮਲੀ ਨਾ ਕਰਦੀ, ਪਾ ਦੀ ਦੁੱਧ ਦੁੱਧ 'ਚ। ਚਾਹ ਅੱਜ ਆਪਾਂ ਘਰੇ ਪੀਤੀ ਆ, ਪਰ ਬ੍ਰੇਕਫਾਸਟ ਪਹਾੜਾਂ 'ਚ ਕਰਾਂਗੇ। ਅੱਜ ਆਪਾਂ ਇੱਕ ਚੰਡੀਗੜ੍ਹ ਨੇੜੇ ਬਹੁਤ ਹੀ ਸੋਹਣੀ ਲੋਕੇਸ਼ਨ ਆ, ਆਪਾਂ ਅੱਜ ਤੱਕ ਐਕਸਪਲੋਰ ਨਹੀਂ ਕੀਤੀ ਹੈਗੀ, ਅੱਜ ਉੱਥੇ ਚੱਲਦੇ ਹਾਂ, ਨਾਲੇ ਤੁਹਾਨੂੰ ਦਿਖਾਉਂਦੇ ਹਾਂ, ਨਾਲੇ ਸਨੀ ਨੂੰ ਦਿਖਾਉਂਦੇ ਹਾਂ। ਮੈਂ ਤਾਂ ਦੇਖੀ ਹੋਈ ਹੈ, ਤੈਨੂੰ ਦਿਖਾਉਣੀ। ਮੇਰਾ ਫੋਨ ਥੱਲੇ ਨੂੰ ਤਾਂ ਰੱਖਿਆ ਹੋਇਆ, ਮੈਨੂੰ ਪਤਾ ਨਹੀਂ ਇੱਥੇ ਕਿੱਥੇ ਕਨਾਕਾ ਆਊਗਾ, ਮੈਂ ਵੀ ਦੇਖ ਨਾ ਲਵੇ। ਚਲੋ ਬਾਕੀ ਸਭ ਬੜੀਆ, ਹੁਣ ਆਪਾਂ ਜਿੱਥੇ ਬ੍ਰੇਕਫਾਸਟ ਕਰਦੇ ਹਾਂ ਉੱਥੇ ਖੜਦੇ ਹਾਂ। ਫਿਰ ਪਹਾੜਾਂ ਤੱਕ ਜਾਣ ਦੀ ਵੇਟ ਕਰਨੀ ਹੋਈ, ਰਾਹ 'ਚ ਹੀ ਖੜ ਗਏ, ਪਰੌਂਠੇ ਖਾਣ ਲੱਗੇ ਹਾਂ, ਨਾਲ ਪੀਣ ਲੱਗਿਆ ਚਾਹ। ਇਹ ਢਾਬੇ 'ਤੇ ਰਸ਼ ਬਹੁਤ ਸੀਗਾ, ਤਾਂ ਖੜ ਗਏ ਵੀ ਰੋਟੀ ਸਵਾਦ ਹੋਊਗੀ। ਹੈ ਸਨੀ, ਇੱਕ ਚੀਜ਼ ਨੋਟ ਕੀਤੀ ਆ, ਮਾਹੌਲ ਦਾ ਕਿੰਨਾ ਫਰਕ ਆ ਨਾ, ਆਹੀ ਜੀਰਖਪੁਰ ਤੋਂ 10 ਕਿਲੋਮੀਟਰ ਉੱਧਰ ਕਿਹੋ ਜਿਹਾ ਮਾਹੌਲ ਆ, ਇੱਧਰ ਦੇਖ ਲੈ ਕਿਦਾਂ ਵੀ ਚੇਂਜ ਹੋ ਗਿਆ, ਬਦਲ ਜਾਂਦਾ ਸਾਰਾ ਕੁਛ ਆ ਗਈ। ਹਾਂ, ਰਹਿਣੀ ਸਹਿਣੀ ਵੀ। ਚਲੋ ਵੀ ਅਸੀਂ ਅਰੇ ਟਾਈਮ ਹੈਗੇ ਹਰਿਆਣੇ 'ਚ ਪੈਂਦਾ ਨਾ, ਹਰਿਆਣੇ 'ਚ ਕਿਹੜਾ ਸ਼ਹਿਰ ਆ, ਬਰਵਾਲਾ ਇੱਧੂ ਗਾਹਾਂ ਮਾਂ 10-12 ਕਿਲੋਮੀਟਰ ਵਾਲੇ, ਪਤਾ ਨਹੀਂ ਕਿਹੜਾ ਸ਼ਹਿਰ ਹੈ, ਆਈ ਡੋਂਟ ਨੋ। ਚਲੋ ਤੁਹਾਨੂੰ ਦੱਸ ਹੀ ਦਿੰਦੇ ਅਸੀਂ ਕਿੱਥੇ ਚੱਲੇ ਹਾਂ, ਅਸੀਂ ਚੱਲੇ ਹਾਂ ਚੰਡੀਗੜ੍ਹ ਤੋਂ ਮੋਰਨੀ ਹਿਲਸ, ਜਿਹੜਾ ਰਾਹ ਅਸੀਂ ਜਾ ਰਹੇ ਹਾਂ ਵੀ ਰਾਹ ਤਾਂ ਟੁੱਟਿਆ ਹੀ ਹੋਇਆ ਵਾ, ਪਰ ਹੁਣ ਹੌਲੀ ਹੌਲੀ ਥੋੜ੍ਹਾ ਜਿਹਾ ਵਿਊ ਸੋਹਣਾ ਹੁੰਦਾ ਜਾਂਦਾ ਵਾ, ਪਰ ਕੋਈ ਪਹਾੜ ਤਾਂ ਮੈਨੂੰ ਦਿਖ ਨਹੀਂ ਹਾਲੇ ਤੱਕ, ਪਰ ਥੋੜ੍ਹਾ ਜਿਹਾ ਡਿਫਰੈਂਟ ਵਾਈਬ ਆ ਰਹੀ ਹੈ ਇੱਕ, ਪਹਾੜ ਤਾਂ ਨਾ ਦੂਰ ਦੂਰ ਤੱਕ ਨਹੀਂ ਹੈਗੇ। ਬਾਕੀ ਨੈਵੀਗੇਸ਼ਨ ਬਾਈ ਨੇ ਲਾਈ ਹੋਈ ਆ, ਪਤਾ ਨਹੀਂ ਕਿੱਥੇ ਲਾਈ ਹੋਈ ਆ, ਪਹਿਲਾਂ ਹੀ ਫੜ ਮਾਰ ਗਿਆ, ਕਹਿੰਦਾ ਮੋਰਨੀ ਹਿਲਸ ਗਿਆ ਹੋਇਆ, ਬਾਅਦ 'ਚ ਕਹਿੰਦਾ ਕਿੱਥੇ ਗਾ ਬਾਈ ਇਹ। ਵਿਊ ਤਾਂ ਬੜਾ ਸੋਹਣਾ ਹੋ ਗਿਆ ਯਾਰ, ਫਿਰਦੇ ਪਤਾ ਨੀ ਕਿੱਥੇ ਆ ਅਸੀਂ, ਪਰ ਸਵਾਦ ਆ ਰਿਹਾ, ਮੋਰਨੀ ਲੱਭੇ ਨਾ ਲੱਭੇ ਕੁਝ ਤਾਂ ਲੱਭੇ। ਹਾਂ ਦੇਖੋ ਆਲਾ ਦੁਆਲਾ ਕਿੰਨਾ ਸੋਹਣਾ ਯਾਰ, ਹਨਾ ਸਨੀ ਪਾਉਂਦਾ ਨਾ ਮਾਰ ਕਨੇਡਾ ਨੂੰ, ਨਹੀਂ ਕਨੇਡਾ ਨੂੰ ਮਾਰ ਤਾਂ ਇੱਕ ਚੀਜ਼ ਪਾਉਂਦੀ ਹੈ, ਪੰਜਾਬ ਦਾ ਮੁੰਡਾ ਵੀ ਪਾਉਂਦਾ ਵਾ। ਹਾਏ ਹਾਏ, ਸਾਰੇ ਇੱਕ ਗੱਲ ਕਹਿੰਦੇ ਆ, ਕਹਿੰਦੇ ਸਨੀ ਨੂੰ ਗੱਲਾਂ ਵਾਹਣ ਲੱਗ ਗਿਆ ਕਿ ਸੰਕਦਾ ਹੁੰਦਾ ਸੀ, ਇਹ ਕਨੇਡਾ ਦਾ ਫਰਕ ਆ ਬਾਈ ਜੀ, ਦਿਹਾੜੀਆਂ ਲਾਉਂਦੇ ਆ ਉੱਥੇ,
ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਦਾ ਹਰ ਰੋਜ਼ ਕੇ। ਚਲੋ ਬੜੀ ਬਾਈ, ਕੁਛ ਤਾਂ ਇੰਪਰੂਵਮੈਂਟ ਹੋਈ ਤੇਰੇ ਚ, ਅੱਗੇ ਤਾਂ ਕਹਿਣ ਦੇ ਬਈ ਸਨੀ ਤਾਂ ਬੋਲਦਾ ਹੀ ਨੀ ਯਾਰ। ਯਾਰ ਰਾਹ ਬਾਲਾ ਹੀ ਪਤਲਾ ਵਾ, ਹੈ ਜੇ ਮੂਹਰੇ ਕੁਛ ਆ ਗਿਆ ਤਾਂ ਔਖਾ ਹੀ ਕੰਮ। ਹੋਰ ਕਿਤੇ ਪੈ ਗਈ ਗੱਡੀ, ਚਲੋ ਦੇਖਦੇ ਹਾਂ। ਪਰ ਇੱਧਰ ਮੇਰਾ ਟਰੱਕ ਟਰੁੱਕ ਤਾਂ ਆਉਂਦੀ ਨੀ ਹੁਣੇ, ਜਾਣਾ ਮੋਰ ਨੀ ਯਾਰ, ਆਪਣਾ ਮੋਰ ਨਾ ਬਣ ਜਾਵੇ। ਨਹੀਂ ਇੱਧਰ ਟਰੱਕ ਟਰੁੱਕ ਹੋਣੇ ਨੀ ਬਾਈ, ਦੇਖੀ ਟਰੱਕ ਤਾਂ ਨੀ ਹੋਣਾ, ਟਰੱਕ ਨੇ ਮਰਨ ਲਿਆ ਕੇ ਇੱਧਰ ਜਾਂਦੀ ਤਾਂ ਗੱਡੀ ਮਸਾਂ ਨਿੱਕੀ ਗੱਡੀ ਹੋਈ ਹੋਊਗੀ ਬਸ, ਇਹੋ ਹੀ ਉਹਨਾਂ ਕਰਾਹ ਤਾਂ ਹੈਗਾ ਵਾ। ਮੈਂ ਤਾਂ ਇਹੀ ਦੇਖਣਾ ਸੀ ਯਾਰ ਅੱਜ ਵੀ ਆਟੋਮੈਟਿਕ ਗੱਡੀ ਦਾ ਕੀ ਮਾਹੌਲ ਆ ਇੱਥੇ ਬਾਹਰ। ਦੇਖਿਆ ਕਈ ਥਾਵਾਂ ਸੜਕਾਂ ਜਮਾਂ ਹੀ ਪੂਰੀਆਂ ਪੂਰੀਆਂ ਹੀ ਨੇ। ਲੈ ਬੱਲਾ ਬੱਲਾ ਨਜ਼ਾਰਾ ਆ ਰਿਹਾ ਫੁੱਲ ਵੈਸੇ। ਦੇਖੀ ਗਾਹਲੀ ਗਾਹਲਾ ਜੀ ਟਰਨ ਦੇਖੀ, ਇੱਥੋਂ ਮੋਰਨੀ 8 ਕਿਲੋਮੀਟਰ ਆ ਤੇ ਐਟ ਏ ਟਾਈਮ ਨਾ ਤਾਂ ਕੋਈ ਨੈਟਵਰਕ ਆ, ਨਾ ਹੀ ਕੋਈ ਸਿਗਨਲ ਆ, ਨਾ ਹੀ ਕੋਈ ਨੈਟਵਰਕ, ਨਾ ਹੀ ਕੋਈ ਸਿਗਨਲ ਆ ਤੇ ਵਿਊ ਪਰ ਮੇਰੇ ਮਗਰ ਬਾਹਲਾ ਹੀ ਘੈਂਟ ਆ। ਦੇਖੋ ਜਮਾਂ ਹੀ ਐਂਡ ਹੋਇਆ ਪਿਆ ਵਾ ਤੇ ਸ਼ਾਂਤੀ ਕੋਈ ਬੰਦਾ ਨੀ, ਕੋਈ ਕੁਆਰਕ ਨੀ, ਉਹ ਇੱਥੇ ਯਾਰ ਪੰਛੀ ਵੀ ਹੈ ਨੀ, ਉਹੀ ਤਾਂ ਗੱਲ ਆ ਕੋਈ ਕੀ ਕੋਈ ਨਹੀਂ, ਪਰ ਵਿਊ ਬੜਾ ਵਧੀਆ ਯਾਰ। ਦੇਖੋ ਚੋਟੀ ਕਿੰਨੀ ਸੋਹਣੀ ਲੱਗਦੀ ਹੈ। ਅਸੀਂ ਉਧਰੋਂ ਪਿੱਛੋਂ ਆਏ ਆ ਜਿੱਧਰੋਂ ਨੇ ਮੋਟਰਸਾਈਕਲ ਗਿਆ ਵਾ, ਉੱਧਰ ਹੈਗਾ ਮੋਰਨੀ ਸ਼ਹਿਰ ਤੇ ਸਾਹਮਣੇ ਹੈਗਾ ਤਿੱਕਰਤਾ ਲੇਕ ਜਿਹਦੇ ਲਈ ਆਪਾਂ ਆਏ ਹਾਂ। ਆਹ ਦੇਖੋ ਇੱਧਰ ਹੈਗਾ ਮੋਰਨੀ ਸ਼ਹਿਰ, ਹੁਣ ਸ਼ਹਿਰ ਕਵਾਂ ਕਿ ਪਿੰਡ ਕਵਾਂ ਮੈਨੂੰ ਪਤਾ ਨਹੀਂ ਹੈਗਾ, ਤੇ ਇੱਧਰਲੇ ਪਾਸੇ ਨੂੰ ਆ ਲੇਕ। ਆਹ ਹੁਣ ਰੋਡ ਦੇਖੀ ਆ ਵਧੀਆ, ਜਾਤੇ ਦਾ ਪਤਾ ਨਹੀਂ ਕਿਹੜੇ ਕੱਚੀਆਂ ਪਈਆਂ ਫਿਰੀ ਜਾਂਦੇ ਆ, ਕਿਉਂ ਸਨੀ ਵਿਖਾਦਾ ਕਿਹਾ ਲੱਗਦਾ, ਉਹ ਬਾ ਜੀ ਵਾ ਤੂੰ ਕਿਹਾ ਸੀ ਬਈ ਮੈਂ ਗਿਆ ਹੋਇਆ, ਮੈਂ ਸੁਪਨੇ ਗਿਆ ਸੀ। ਫੋਟੋਆਂ ਫੋਟੋ ਵਾਲੇ ਵੀ ਚਿੱਬ ਕੱਢਦੇ ਇਸ ਵਾਰੀ ਦਾ ਹੈਨਾ, ਘੁੰਮਦੇ ਘੁਮਾਉਂਦੇ ਪਹੁੰਚ ਹੀ ਗਏ। ਯਾਰ ਗੱਡੀ ਦੇ ਕਿੱਥੇ ਖੜੇ ਆਪਾਂ, ਉੱਥੇ ਲੈ ਕੇ ਆਉਣੀ ਗੱਡੀ, ਉੱਥੇ ਲੈ ਜਾਣਾ ਹੈਂ, ਲੈ ਜਾਣਾ ਜਾਣੀ ਕਿਵੇਂ ਉੱਥੇ, ਕਹਦਾ ਗੇਟ ਬੰਦ ਉਹ ਗੱਡੀ ਉੱਥੇ ਕਿਵੇਂ ਪਾਰਕ ਹੋਈ ਹੈ ਤਾਂ ਪਤਾ ਹੀ ਲੱਗਿਆ ਕਿਉਂਕਿ ਆਹ ਤਾਂ ਗੇਟ ਬੰਦ ਆ। ਮੈਨੂੰ ਲੱਗਦਾ ਆਹ ਗੇਟ ਤੋਂ ਹੋ ਕੇ ਗੱਡੀ ਉੱਥੇ ਜਾਂਦੀ ਹੈ। ਗੱਡੀ ਕਿੱਥੇ ਖੜੀ ਸੀ ਨੀ, ਗੱਡੀ ਉੱਥੇ ਖੜੀ ਹੈ ਯਾਰ, ਕਿਵੇਂ ਜਾਊ ਉੱਥੇ ਯਾਰ। ਚੱਲ ਲੱਭਦੇ ਹਾਂ ਕੁਛ ਖਾਈਏ ਪਹਿਲਾਂ ਨਾ, ਕਰ ਲਿਆ ਹੱਲ, ਕਰ ਲਿਆ ਹੱਲ, ਜਬ ਹਮ ਕੋਈ ਚੀਜ਼ ਸ਼ਿੱਦਤ ਸੇ ਮੰਗਤੇ ਹੈ ਨਾ ਤਾਂ ਵੋ ਮਿਲ ਹੀ ਜਾਤੀ ਹੈ। ਵਾਹ ਜੀ ਵਾਹ, ਬਈ ਮਾਹੌਲ ਤਾਂ ਪੂਰਾ 1 ਨੰਬਰ ਹੈ ਇੱਥੇ ਯਾਰ। ਥੋੜ੍ਹਾ ਜਿਹਾ ਅੱਜ ਨਾ ਮੌਸਮ ਹੇਜ਼ੀ ਜਿਹਾ ਵਾ, ਜੇ ਧੁੱਪ ਥੋੜ੍ਹੀ ਜਿਹੀ ਬ੍ਰਾਈਟ ਹੁੰਦੀ ਤਾਂ ਹੋਰ ਨਜ਼ਾਰਾ ਹੋਣਾ ਸੀ ਨਾ ਸਨੀ। ਜੇ ਸਵੇਰੇ ਸਾਡਾ ਪਹਿਲਾਂ ਪਲੈਨ ਇਹ ਬਣਿਆ ਸੀਗਾ ਵੀ ਕਸੌਲੀ ਚੱਲਦੇ ਹਾਂ, ਫਿਰ ਅਸੀਂ ਸੋਚਿਆ ਵੀ ਕਸੌਲੀ ਤਾਂ ਬਹੁਤ ਵਾਰੀ ਗਏ ਹੋਏ, ਇੱਧਰ ਨੂੰ ਕਦੇ ਨਹੀਂ ਆਏ। ਵਧੀਆ ਲੱਗਿਆ ਨਾ ਵੈਸੇ, ਅੱਜ ਹੈਗਾ ਮੰਡੇ, ਮਤਲਬ ਸੰਡੇ ਹੁੰਦਾ ਤਾਂ ਹੋਰ ਕਰਾਊਡ ਹੋਣੀ ਸੀ ਇੱਥੇ।
ਰਾਹ ਚ ਬਹੁਤ ਐਡਵੈਂਚਰ ਆ, ਪਤਾ ਨੀ ਅਸੀਂ ਗਲਤ ਰਾਹ ਆਏ ਆ ਜਾਂ ਉਹੀ ਰਾਹ ਆਉਂਦਾ ਵਾ, ਚਲੋ ਦੇਖਦੇ ਆ। ਉੱਥੇ ਜੇ ਤੁਸੀਂ ਰੂਮ ਲੈ ਕੇ ਰਹਿਣਾ ਉੱਥੇ ਰੂਮ ਲੈ ਕੇ ਵੀ ਰਹਿ ਸਕਦੇ ਹੋ, ਇੱਧਰ ਮੈਨੂੰ ਲੱਗਦਾ ਰੈਸਟੋਰੈਂਟ ਆ ਜਾਂ ਇੱਧਰ ਰੈਸਟੋਰੈਂਟ ਆ, ਸਾਰੇ ਰੂਮ ਹੀ ਹੋਣਗੇ। ਉਹ ਤਾਂ ਮੈਨੂੰ ਪੱਕਾ ਪਤਾ ਰੂਮ ਨੇ, ਮੈਂ ਇੰਟਰਨੈਟ 'ਤੇ ਦੇਖੇ ਸੀਗੇ, ਅਤੇ ਆਹ ਸਾਰੇ ਰੈਸਟੋਰੈਂਟ ਹੀ ਇੱਧਰ। ਅਤੇ ਬੋਟਿੰਗ ਕਰਨੀ ਬਾਈ ਤੂੰ? ਕਰ ਲੈ, ਮੈਂ ਬਹਿ ਕੇ ਦੇਖੂੰਗਾ, ਤੂੰ ਵੀਡੀਓ ਬਣਾ ਲੈ ਬਸ। ਮੈਨੂੰ ਲੱਗਦਾ ਪੜ੍ਹਨੇ ਡਰ ਯਾਰ, ਕੱਟ ਕੱਟ। ਪਹਿਲਾਂ ਆਪਾਂ ਆਹੀ ਪੁਆਇੰਟ 'ਤੇ ਆ ਕੇ ਵਿਊ ਦੇਖੀਏ। ਯਾਰ ਮੇਰੇ ਹਿਸਾਬ ਨਾਲ ਤਾਂ ਇਹ ਆ, ਜੇ ਕਰਾਊਡ ਘੱਟ ਹੋਵੇ ਤਾਂ ਵੱਧ ਇੰਜੋਏ ਹੁੰਦਾ, ਪਰ ਬੰਦੇ ਆਪਦੇ ਤਿੰਨ ਚਾਰ ਜਣੇ ਹੋਣ। ਜੇ ਆਪਾਂ ਇੱਥੇ ਚਾਰ ਜਣੇ ਹੁੰਦੇ, ਆਪਣਾ ਤੂੰ ਹੁੰਦਾ, ਕਾਸ਼ੀ ਹੁੰਦਾ, ਮੈਂ ਹੁੰਦਾ, ਮਾਸਟਰ ਹੁੰਦਾ, ਚੱਲ ਬਾਕੀ ਤਾਂ ਆਪਣੇ ਬਾਹਰ ਆਉਣ। ਮਾਸਟਰ ਹਲੇ ਆਇਆ ਰੀ, ਪਰ ਆਉਣ ਵਾਲਾ ਦੋ ਦਿਨ ਹੋਰ, ਕਾਸ਼ੀ ਚਾਰਨ ਤੱਕ ਵਿਹਲਾ ਹੋ ਜੂ, ਫਿਰ ਆਪਣੇ ਕੋਲ ਆਉਣ ਲੱਗ ਜੂ। ਚੱਲ ਮੈਨੂੰ ਡਰ ਲੱਗ ਰਿਹਾ, ਤੂੰ ਕਰਨਾ ਕਰਨਾ ਯਾਰ, ਕੋਈ ਚੱਕਰ ਨੀ, ਕਿਹੜੀ ਚੀਜ਼ ਨਹੀਂ ਨਾ ਨਾ ਯਾਰ, ਮੈਂ ਯਾਰ ਪਾਣੀ ਦਾ ਬਹੁਤ ਡਰਦਾ ਹਾਂ। ਉੱਧਰ ਦੇਖ ਸਨੀ, ਆਹ ਕੀ ਸ਼ਹਿਰ ਮੈਂ ਪਹਿਲੀ ਵਾਰੀ ਦੇਖੀ ਆ। ਇਹਦੇ ਪਰਲੇ ਪਾਸੇ ਤਿੰਨ ਜਣੇ ਬੈਠੇ ਆ, ਅਤੇ ਭੱਜਣਾ ਨਹੀਂ ਕਿਵੇਂ ਆ ਉਹਦੇ ਨਾਲ? ਅੱਛਾ ਉਹ ਭਜਾਊਗਾ, ਵਾਹ ਜੀ ਵਾਹ। ਅੱਛਾ ਉਹਦੇ ਉੱਪਰ ਬਹਿਣਾ ਨਹੀਂ ਹੈਗਾ, ਬਹਿਣੇ ਦੇ ਉੱਪਰ ਹੀ ਆ। ਅੱਛਾ ਇਹਨੇ ਬੈਲੈਂਸ ਕਰਨਾ ਬੰਦੇ ਨੇ ਯਾਰ। ਉਹ ਇਹ ਤਾਂ ਬਾਈ ਡਰਾਉਂਦੇ ਆ, ਇੱਥੋਂ ਕੱਟ ਬੜਾ ਖਤਰਨਾਕ ਮਾਰ ਕੇ ਗਏ ਆ, ਮਤਲਬ ਗਾਲੀ ਵੀ ਇੱਕ ਹੋਰ ਮਾਰਨਗੇ। ਆ ਹੁਣ ਕੱਟ ਦੇਖਿਓ ਕਿੰਨਾ ਜ਼ਬਰਦਸਤ ਮਾਰਦੇ ਆ, ਸਿਰਾ ਹੀ ਲਾ ਦਿੰਦੇ ਆ। ਆ ਦੇਖਿਓ ਇੱਥੇ ਤੁਹਾਡੇ ਇਹਦਾ ਧਾਰਨ ਪਵਾ ਦੇਣਗੇ। ਬੋਟਿੰਗ ਦੇ ਆਹ ਰੇਟ ਨੇ ਇੱਥੇ, 2 ਸੀਟਰ ਬੋਟ 280 ਰੁਪਈਏ, 4 ਸੀਟਰ 400, 4 ਮੋਟਰ ਬੋਟ 700। ਹਾਂ ਮੋਟਰ ਬੋਟ ਜਿਹੜੀ ਵੱਧ ਭੱਜਦੀ ਹੈ ਨਾ। ਹੁਣ ਇੱਥੇ ਆਪਾਂ ਸੈਂਡਵਿਚ ਦੇ ਨਾਲ ਚਾਹ ਪੀ ਕੇ ਫਿਰ ਜਾਵਾਂਗੇ, ਚਾਹ ਦੇ ਨਾਲ ਵਿਊ ਬੜਾ ਸੋਹਣਾ ਵਾ। ਹੁਣ ਸੂਰਜ ਪਹਿਲਾਂ ਨਾਲੋਂ ਵਧੀਆ ਹੋ ਗਿਆ, ਪਹਿਲਾਂ ਚੱਲਣਾ ਘੱਟ ਸੀਗਾ, ਪਰ ਹੁਣ ਦੁਬਾਰਾ ਫੋਟੋ ਖਿੱਚਣੀ ਤਾਂ ਹਿੰਮਤ ਹੈ ਨਹੀਂ ਗੀ, ਹੁਣ ਸਾਨੂੰ ਇੱਥੇ ਸਾਨੂੰ ਕਾਫੀ ਟਾਈਮ ਹੋ ਗਿਆ। ਚਲੋ ਵੀ ਹੁਣ ਆਪਾਂ ਚੱਲੀਏ ਵਾਪਸ, ਜਦੋਂ ਨੈਕਸਟ ਟਾਈਮ ਆਏ ਉੱਥੇ ਰਹਿ ਕੇ ਜਾਵਾਂਗੇ, ਮਤਲਬ ਮੈਂ ਮਾਸਟਰ ਅਤੇ ਸਨੀ ਤਿੰਨ ਹੀ ਆਵਾਂਗੇ, ਜਾਂ ਫਿਰ ਮੈਂ ਰਣਸ਼ੇਰ ਅਤੇ ਭਵਨ ਆਵਾਂਗੇ ਜੇ ਨਾ ਮੰਨੇ। ਇੱਥੇ ਪੋਰਟੇਬਲ ਬਾਥਰੂਮ ਵੀ ਪਿਆ, ਮੈਨੂੰ ਲੱਗਦਾ ਆਪਾਂ ਇੱਥੇ ਕੈਂਪਿੰਗ ਵੀ ਕਰ ਸਕਦੇ ਹੋਵਾਂਗੇ। ਪੁੱਛ ਕੇ ਆਉਣਾ ਸੀ ਨਾ ਯਾਰ, ਜੇ ਇੱਥੇ ਕੈਂਪਿੰਗ ਅਲਾਊਡ ਹੋਵੇ ਫਿਰ ਤਾਂ ਬੜਾ ਨਜ਼ਾਰਾ ਯਾਰ। ਹੁਣ ਪੁੱਛਣੇ ਆ ਹੈ, ਹੁਣ ਕਿਹੜਾ ਐਡੀ ਤੋਂ ਤੁਰ ਕੇ ਜਾਊਗਾ, ਨੈਕਸਟ ਟਾਈਮ ਦੇਖਾਂਗੇ। ਜੇ ਕਿਸੇ ਨੂੰ ਪਤਾ ਹੋਇਆ ਦੱਸੋ ਜ਼ਰੂਰ, ਹੈ ਚੱਲੀ ਫਿਰ ਉਹਨਾਂ ਜਾ। ਹੁਣ ਚੜ੍ਹਾਈ ਬਹੁਤ ਉੱਚੀ ਹੋਣੀ ਵਾਪਸ ਜਾਣ ਨੂੰ, ਆਪਾਂ ਮੋਰਨੀ ਤੋਂ ਤਿੱਕਰਤਾਲ ਆਉਂਦੇ ਹਾਂ ਨਾ, ਮੋਰਨੀ ਉੱਚੀ ਜਗ੍ਹਾ 'ਤੇ ਆ ਅਤੇ ਤਿੱਕਰਤਾਲ ਥੱਲੇ ਆ, ਬਾਲਾ ਇੱਕਦਮ ਥੱਲੇ ਉਤਰੇ ਸੀਗੇ, ਹੁਣ ਇੱਕਦਮ ਉਨਾ ਹੀ ਤਾਂ ਨੂੰ ਚੜ੍ਹਨਾ ਵਾ। ਉਹ ਤੂੰ ਤੁਰ ਜਾ ਯਾਰ, ਇੱਥੇ ਨੈਟਵਰਕ ਵੀ ਨਹੀਂ ਆਉਂਦਾ, ਤੇਰੇ 76 ਪਰ ਹੇਟ ਉਹ ਨਾ। ਆ ਜਾ ਤੂੰ ਲਾ ਚਲਾਉਂਦਾ ਤੂੰ। ਦੇਖੋ
ਪਾਵਰ ਤਾਂ ਹੈ ਗੱਡੀ ਚ ਥਾਰ ਚ, ਕੋਈ ਡਾਊਟ ਨੀ, ਜਮਾ ਹੀ ਨੀ ਯਾਰ, ਕੋਈ ਪਰਵਾਹ ਹੈ ਨੀ। ਮੈਂ ਕਹਿੰਦਾ ਬੰਦ ਰੇਸ ਚੜ੍ਹ ਕੇ ਦੇਖੀਏ, ਜਾਣੇ ਨੀ ਬੰਦ ਤੇ ਨੀ ਜਾਣੇ। ਐਵਰੇਜ ਰੀਸੈਟ ਕੀਤੀ ਸੀਗੀ, ਆਟੋਮੈਟਿਕ ਗੱਡੀ ਪਹਾੜਾਂ ਚ 7 ਦੀ ਦੇ ਰਹੀ ਹੈ। ਚੜਾਈ ਤਾਂ ਦੇਖ ਲਾ, 7 ਦੇਈ ਜਾਂਦਾ ਉਹੀ ਬਹੁਤ ਆ, ਪਰ ਠੀਕ ਆ ਯਾਰ ਕੰਮ। ਅਸੀਂ ਆਉਂਦੇ ਹੋਏ ਆਹ ਰਾਹ ਆਏ ਜਿਹੜਾ ਥੱਲੇ ਆਉਂਦਾ ਵਾ, ਹੁਣ ਉੱਪਰ ਦੀ ਲੈ ਕੇ ਚੱਲਿਆ ਵਾ, ਮੈਨੂੰ ਲੱਗਦਾ ਹੁਣ ਸਹੀ ਰਾਹ ਆਵਾਂਗੇ, ਅਸੀਂ ਸਹੀ ਰਾਹ ਜਾਵਾਂਗੇ। ਉਹ ਥੱਲੇ ਵਾਲਾ ਰਾਹ ਬਾਹਲਾ ਗੱਬਾ ਸੀ, ਹੈਨਾ, ਉਹ ਤਾਂ ਬੜਾ ਖਰਾਬ ਸੀ ਰਾਹ, ਹੁਣ ਹੈ ਨਹੀਂ ਇਹ ਟਾਈਮ ਜਾਣ ਦਾ, ਉਹ ਤਾਂ ਹੈ ਨਹੀਂ ਸੀਗਾ। ਹਾਂ ਆਹ ਰਾਹ ਹੋਊਗਾ ਨਾਲੇ, ਇਹ ਜਿਹਾ ਹੋਊਗਾ। ਇੱਧਰ ਦੇ ਹੋਟਲ ਹਟਲ ਪੂਰੇ ਸੋਹਣੇ ਆ ਰਹੇ ਆ, ਇੱਧਰ ਉੱਪਰ ਮੋਰਨੀ ਰਿਸੋਰਟ ਹੋਟਲ ਆ ਪੂਰਾ ਵਧੀਆ, ਨਾਲੇ ਪਿੰਡ ਪੁੰਡ ਆਉਣਗੇ ਨਾ ਵਿੱਚ ਦੀ। ਉੱਧਰ ਤਾਂ ਕੁਛ ਵੀ ਨਹੀਂ ਆਇਆ, ਕੁਛ ਵੀ ਨਾ, ਕੋਈ ਢਾਬਾ ਨਾ ਕੋਈ ਚਾਹ ਸਟਾਲ, ਕੁਛ ਵੀ ਨਹੀਂ। ਮੋਰਨੀ ਹਿਲਸ ਤੋਂ ਸਿੱਧਾ ਆਇਆ ਸੀ ਮੋਹਾਲੀ 10 ਫੇਸ ਆਹੀ ਜਹਾਜ਼ ਵਾਲੀ ਸਪੀਡ ਤੇ, ਕਿਉਂਕਿ 10 ਫੇਸ ਸਨੀ ਨੇ ਇੱਕ ਦੁਕਾਨ ਦੇਖੀ ਸੀ ਆਨਲਾਈਨ, JB ਰਿਟੇਲਰਸ, ਕਹਿੰਦਾ ਮੈਂ ਉੱਥੇ ਜਾ ਕੇ ਆਉਣਾ ਮੋਹਾਲੀ 10 ਫੇਸ। ਚਲੋ ਜੀ, ਚਲੋ ਜੀ, ਚੰਡੀਗੜ੍ਹ ਦੀ ਹਿੱਕ ਚੀਰ ਕੇ ਆਉਣਾ ਪਿਆ ਇੱਥੇ। ਸਨੀ ਪਤਾ ਨਹੀਂ ਲੋਭ ਤੇ ਨਹੀਂ ਲੋਭ ਲਾ, ਮੈਂ ਸ਼ੋਪਿੰਗ ਕਰ ਲੈਣੀ ਆ। ਕੋਈ ਬੰਦਾ ਇੰਨਾ ਕੁ ਟਾਈਮ ਲਾਉਂਦਾ ਨਾ ਇੱਕ ਟੀ ਸ਼ਰਟ ਲੈਣ ਨੂੰ, ਘੱਟੋ ਘੱਟ ਘੰਟਾ ਹੋ ਗਿਆ। ਬਸ ਬਾਈ ਜੀ, ਸ਼ੋਪਿੰਗ ਸਨੀ ਕਰਨ ਆਇਆ ਸੀਗਾ, ਸਨੀ ਨੇ ਹਾਲ ਤੱਕ ਇੱਕ ਲਿਆ, ਮੈਂ 1, 2, 3, 4, ਪਰ ਪੈਸੇ ਤਾਂ ਬਾਈ ਨੇ ਦੇਣੇ ਆ, ਡੋਨਟ ਟੇਕ ਟੈਂਸ਼ਨ। ਇਹਨਾਂ ਦੀਆਂ ਇੱਥੇ 2 ਫਲੋਰਾਂ ਨੇ, ਪਹਿਲੀ ਫਲੋਰ 'ਤੇ ਹੈਗਾ ਵਾ ਸਮਰ ਕਲੈਕਸ਼ਨ, ਦੂਜੀ ਫਲੋਰ 'ਤੇ ਹੈਗਾ ਵਿੰਟਰ ਕਲੈਕਸ਼ਨ। 10,000 ਦਾ ਆਰਟੀਕਲ ਵੀ ਪਿਆ ਵਾ ਅਤੇ 1,000 ਰੁਪਏ ਦਾ ਵੀ ਹੈਗਾ ਵਾ, ਆਪਾਂ ਤਾਂ ਵੀ ਜਿਹੜੇ ਜਿਹੜੇ ਸਸਤੇ ਸੀਗੇ ਉਹ ਲੈ ਲਏ। ਸਨੀ ਨਗੋਚਾਂ ਕੱਢੀ ਗਿਆ, ਜਿਹੜਾ ਕੋਈ ਵਧੀਆ ਹੈ ਕਰੇ, ਨਹੀਂ ਯਾਰ ਇਹਦੇ ਉੱਪਰ ਤਾਂ ਡਾਇਰ ਲਿਖੇ, ਕੀ ਡਾਇਰ ਕੀ ਹੁੰਦਾ, ਡਿਓਰ, ਡਿਓਰ ਲਿਖਿਆ ਹੋਇਆ, ਇਹ ਨਹੀਂ ਮੈਂ ਲੈ ਸਕਦਾ, ਉੱਥੇ ਵਧੀਆ ਨਹੀਂ ਲੱਗਦਾ ਪਾਇਆ। ਓਰੀਜਨਲ ਲਈ ਜਾਲੀ ਨਹੀਂ ਲਈ ਯਾਰ, ਓਰੀਜਨਲ ਜਾਲੀ ਕੀ ਹੁੰਦਾ, ਕੱਪੜਾ ਪਾਇਆ ਜਚਣਾ ਚਾਹੀਦਾ ਯਾਰ, ਠੀਕ ਹੈ, ਸਮਝਦਾ ਗੱਲ, ਪੈਸਾ। ਕੱਲ੍ਹ ਅਸੀਂ ਬਾਬਾ ਚਿਕਨ ਤੋਂ ਔਨਲਾਈਨ ਆਰਡਰ ਕੀਤਾ ਸੀਗਾ, ਆਪਣੇ ਘਰ ਦੇ ਨੇੜੇ ਦੁਕਾਨ ਆ, ਕੱਲ੍ਹ ਸਾਡਾ ਬਿੱਲ ਬਣਿਆ ਸੀਗਾ 983 ਰੁਪਈਏ, ਅੱਜ ਸਾਰਾ ਆਰਡਰ ਸੇਮ ਆ, ਇੱਕ ਚੀਜ਼ ਅਸੀਂ ਵੱਧ ਐਡ ਕੀਤੀ ਵਿੱਚ, ਮਟਨ ਸੋਰੀ ਚਿਕਨ ਸੀਖ ਕਬਾਬ 390 ਰੁਪਏ ਦਾ ਨਾ, ਅਤੇ ਬਿੱਲ ਬਣਿਆ ਵਾ 907 ਰੁਪਈਏ, 400 ਰੁਪਏ ਦਾ ਫਰਕ ਆ ਔਨਲਾਈਨ ਤੇ। ਆਪਣਾ ਕੀ, ਆਪਾਂ ਤਾਂ ਉੱਧਰੋਂ ਆ ਹੀ ਰਹੇ ਸੀ, ਕੋਈ ਤੇਲ ਵੀ ਵੱਧੋ ਹੀ ਲੱਗਿਆ, ਜੇ ਆਪਾਂ ਇਹੀ ਆਰਡਰ ਘਰੋਂ ਕਰਦੇ ਇਹ ਹੋਣਾ ਸੀਗਾ 1400 ਰੁਪਏ ਦਾ। ਟਾਈਮ 9:39 ਹੋ ਗਏ ਯਾਰ, ਸੱਚੀ ਆਟੋਮੈਟਿਕ ਹੈ। ਅੱਛਾ, ਟਾਈਮ 9:39 ਹੋ ਗਏ ਹੈ, ਆਟੋਮੈਟਿਕ ਹੀ ਨੇ ਇਹ, ਅਤੇ ਪਤਾ ਨਹੀਂ ਯਾਰ ਦਿਨ ਕਦੋਂ ਨਿਕਲ ਗਏ, ਸੈਂਸਰ ਵਾਲੀ ਹੀ ਨੇ, ਆਹ ਸੈਂਸਰ ਲੱਗਿਆ ਹੋਇਆ, ਯਾਰ ਘਰੇ ਲਵਾਉਣੀ ਆ ਆਪਾਂ, ਲੈ ਜਾਂਦੇ ਲਾ ਕੇ ਉਹ ਲੰਪਦੀ ਆ ਉਹਦੇ। ਅੱਜ ਮੈਨੂੰ ਪੂਰਾ ਮਾਣ ਹੋ ਗਿਆ ਕਿ ਸੱਚੀ ਅਮਰੀਕਾ ਤੋਂ ਆਇਆ, ਸੋਰੀ ਕਨੇਡਾ ਦਾ, ਕਹਿੰਦਾ ਅਸੀਂ ਉੱਥੇ ਭਾਂਡੇ ਧੋ ਕੇ ਸੌਂਦੇ ਹਾਂ, ਵੈਰੀ ਗੁੱਡ,
ਅਸੀਂ ਵੀ ਘਰੇ ਭਾਂਡੇ ਧੋ ਕੇ ਸੌਂਦੇ ਹਾਂ ਪਰ ਬਈ ਰਾਤ ਸਾਨੂੰ ਇੱਕ ਚੀਜ਼ ਦਾ ਭੁਲੇਖਾ ਲੱਗ ਗਿਆ ਸੀਗਾ। ਇੰਨਾ ਫਰਕ ਨਹੀਂ ਹੁੰਦਾ ਜੇ ਆਪਾਂ ਔਨਲਾਈਨ ਆਰਡਰ ਕਰ ਰਹੇ ਹਾਂ, ਆਪਾਂ ਉੱਥੇ ਜਾ ਕੇ ਟੇਕਅਵੇ ਫੜ ਕੇ ਲਿਆਉਂਦੇ ਹਾਂ। ਉਹ ਗੜਬੜੇ ਹੋ ਗਈ ਸੀਗੀ ਜਦੋਂ ਅਸੀਂ ਔਨਲਾਈਨ ਮੰਗਵਾਇਆ ਸੀ ਨਾ, ਉਦੋਂ ਅਸੀਂ ਬੋਨਲੈਸ ਮੰਗਵਾਇਆ ਸੀ, ਕੱਲ੍ਹ ਉਹਨੇ ਸਾਨੂੰ ਦਿੱਤਾ ਸੀ ਵਿਦ ਬੋਨ, ਤਾਂ ਰੇਟ ਸਸਤਾ ਸੀਗਾ। ਬਟ ਹਾਂ, 20% ਸਸਤਾ ਜ਼ਰੂਰ ਹੁੰਦਾ ਵਾ, ਉਦੋਂ ਵੱਧ ਨਹੀਂ। ਅਤੇ ਬਾਕੀ ਹੁਣ ਆਪਾਂ ਐਂ ਕਰਦੇ ਹਾਂ, ਆਹ ਬਲੌਗ ਕਰਦੇ ਹਾਂ ਇੱਥੇ ਐਂਡ। ਜੇ ਬਲੌਗ ਵਧੀਆ ਲੱਗਿਆ ਕਿਸੇ ਵੀ ਰੀਜ਼ਨ ਕਰਕੇ, ਬਲੌਗ ਨੂੰ ਲਾਈਕ, ਚੈਨਲ ਸਬਸਕ੍ਰਾਈਬ ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ। ਚੰਗਾ ਜੀ, ਬਾਏ ਬਾਏ, ਟਾਟਾ, ਟੇਕ ਕੇਅਰ।